ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਮਾਲੀ ਸਾਹਿਬ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਜੀ ਮਾਲੀ ਸਾਹਿਬ ਮਾਈਨਿੰਗ ਨੂੰ ਲੈ ਕੇ ਪਿਛਲੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਆਪ ਕਹਿੰਦੇ ਰਹੇ ਕਿ ਫਾਈਲਾਂ ਮੇਰੇ ਕੋਲ ਪਈਆਂ ਸੋਨੀਆ ਗਾਂਧੀ ਨੇ ਕਾਰਵਾਈ ਕਰਨ ਨਹੀਂ ਦਿੱਤੀ ਤੇ ਹੁਣ ਇਹ ਸਰਕਾਰ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਾਫ ਤੌਰ ਉੱਤੇ ਕਹਿ ਰਹੀ ਹੈ ਕਿ 10,000 ਕਰੋੜ ਰੁਪਇਆ 5 ਸਾਲਾਂ ਚ ਖਾ ਲਿਆ ਬਾਕੀ ਉਦੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਉਹ ਵੀ ਖਾਂਦੀਆਂ ਰਹੀਆਂ ਇਹ 1,000 ਕਰੋੜ ਰੁਪਇਆ ਆਖਿਰਕਾਰ ਗਿਆ ਤਾਂ ਖਾਤਿਆਂ ਚ ਹੀ ਹੋਣਾ ਕਿਸੇ ਨਾ ਕਿਸੇ ਦੇ ਮੰਤਰੀਆਂ ਦੇ MLAs ਦੇ ਜਾਂ ਹੋਰ ਜਿਹੜੇ ਉਹਨਾਂ ਨੇ ਅੱਗੇ ਚਮਚੇ ਰੱਖੇ ਉਹਨਾਂ ਦੇ ਖਾਤਿਆਂ ਚ ਗਿਆ ਹੋਣਾ ਤਾਂ ਫਿਰ ਕਾਰਵਾਈ ਜਿਹੜੀ ਜਾਂਚ ਦੀ ਉਹ ਉੱਥੋਂ ਕਿਉਂ ਨੀ ਸ਼ੁਰੂ ਹੁੰਦੀ ਕਿ ਆਪਾਂ ਪਹਿਲਾਂ ਖਾਤੇ ਪਰੋਲ ਲਈਏ ਆਮਦਨ ਤੋਂ ਵੱਧ ਸਰੋਤ ਜਾਇਦਾਦ ਦਾ ਬਣਾਉਣਾ ਜਾਂ ਆਪਣੇ ਘਰਦਿਆਂ ਦੇ ਨਾਂ ਤੇ ਸ਼ਿਫਟ ਰੱਖਣਾ ਜਾਂ ਮਾਈਨਿੰਗ ਨੂੰ ਲੈ ਕੇ ਉਹਨਾਂ ਦੀ ਉਹ ਪਾਲਿਸੀ ਜਿਹੜੀ ਕਹਿੰਦੇ ਸੀ ਕਿ ਨਵੀਂ ਪਾਲਿਸੀ ਲੈ ਕੇ ਆਵਾਂਗੇ ਉਹ ਫਿਰ ਕਿਉਂ ਨਹੀਂ ਲਿਆਂਦੀ ਜਾ ਰਹੀ ਇਹ ਮਾਈਨਿੰਗ ਦੇ ਨਾਲ ਜੁੜੇ ਬਹੁਤ ਸਵਾਲ ਨੇ ਸਾਰਿਆਂ ਦੇ ਜਵਾਬ ਦਿਓ ਦੇਖੋ ਸੁਖਵਿੰਦਰ ਜੀ ਪੰਜਾਬ ਪਿਛਲੇ ਸਮੇਂ 'ਚ ਸਿਆਸਤਦਾਨਾਂ ਨੇ ਅਫਸਰਸ਼ਾਹਾਂ ਨੇ ਤੇ ਮਾਇਆਧਾਰੀਆਂ ਨੇ ਮਿਲ ਕੇ ਬੁਰੀ ਤਰ੍ਹਾਂ ਲੁੱਟਿਆ ਮਾਈਨਿੰਗ ਦੀ ਗੱਲ ਕਰ ਲਓ ਸ਼ਰਾਬ ਦੀ ਗੱਲ ਕਰ ਲਓ ਲੋਕਿੰਗ ਟਾਈਲਾਂ ਦੀ ਗੱਲ ਕਰ ਲਓ ਜ਼ਮੀਨਾਂ ਦੱਬਣ ਦੀ ਗੱਲ ਕਰ ਲਓ ਸੜਕਾਂ ਦੀ ਗੱਲ ਜਿੱਥੇ ਮਰਜ਼ੀ ਹੱਥ ਲਾਓ ਘਪਲੇ ਤੇ ਘਪਲੀ ਆ ਇਸ ਪੱਖੋਂ ਤਾਂ ਕਿਸੇ ਗੱਲ 'ਚ ਕੋਈ ਸ਼ੱਕ ਨਹੀਂ ਦੂਜੀ ਗੱਲ ਹੁਣ ਜਿਹੜੇ ਮਸਲੇ ਨੇ ਇਹਨਾਂ ਨੂੰ ਹੱਲ ਕਰਨ ਲਈ ਪਿਛਲੀਆਂ ਚੋਣਾਂ 'ਚ ਦੋ ਵਿਚਾਰ ਤੁਹਾਡੇ ਸਾਹਮਣੇ ਉੱਭਰੇ ਸੀ ਇੱਕ ਵਿਚਾਰ ਸੀ ਨਵਜੋਤ ਸਿੰਘ ਸਿੱਧੂ ਲਿਆ ਰਿਹਾ ਸੀ ਉਦੋਂ ਕਾਂਗਰਸ ਦਾ ਪ੍ਰਧਾਨ ਸੀ ਕਿ ਮੁੱਦੇ ਟਿੱਕੋ ਮੁੱਦਿਆਂ ਨੂੰ ਸਮਝੋ ਉਹਨਾਂ ਦਾ ਹੱਲ ਲੱਭੋ ਉਹਦਾ ਰੋਡ ਮੈਪ ਆ ਜਿਹੜਾ ਲੋਕਾਂ ਦੇ ਸਾਹਮਣੇ ਰੱਖੋ ਅਮਨ ਕਾਨੂੰਨ ਤੋਂ ਬਿਨਾਂ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਦਾ ਖਜ਼ਾਨਾ ਨਹੀਂ ਭਰਦਾ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੋਂ ਪੈਦਾ ਹੋਈ ਆ ਸਾਰਾ ਮੁਲਕ ਇਹਨਾਂ ਦੇ ਨਾਲ ਸੀ ਭਾਜਪਾ ਵੀ ਨਾਲ ਸੀ RSS ਨਾਲ ਸੀ ਇਹ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰਨਾ ਖਤਮ ਕਰਨ ਦੇ ਇਹਨਾਂ ਨੇ ਦੋ ਟੂਲ ਲੱਭੇ ਸੀ ਉਦੋਂ ਪਹਿਲਾ ਸੀ ਲੋਕਪਾਲ ਸਥਾਪਿਤ ਕਰਨਾ ਉਹਦੀ ਸਥਾਪਨਾ ਕਿਵੇਂ ਹੋਊ ਉਹ ਕੌਣ ਸ਼ਾਮਿਲ ਹੋਣਗੇ ਉਹਦੇ ਘੇਰੇ ਚ ਕਿਵੇਂ ਕਿਵੇਂ ਆਉਣਗੇ ਕਿਵੇਂ ਉਹ ਸਮਾਂ ਵੱਧ ਰਿਪੋਰਟਾਂ ਦੇਣਗੇ ਦੂਜਾ ਨੁਕਤਾ ਇਹਨਾਂ ਨੇ ਉਭਾਰਿਆ ਸੀ ਚੋਣ ਫੰਡ ਦਾ ਕਿ ਵੱਡੀਆਂ ਪਾਰਟੀਆਂ ਬੇਨਾਮੀ ਚੋਣ ਫੰਡ ਦਿੰਦੀਆਂ ਨੇ ਪਾਰਟੀਆਂ ਨੂੰ ਪਾਰਟੀਆਂ ਸੱਤਾ ਚ ਆ ਕੇ ਉਹਨਾਂ ਅਨੁਸਾਰ ਨੀਤੀਆਂ ਬਦਲਦੀਆਂ ਨੇ ਆਮ ਆਦਮੀ ਪਾਰਟੀ ਨੇ ਇਹ ਦੋਹੇ ਸੰਦ ਸੀ ਜਿਹੜੇ ਇਹਨਾਂ ਨੂੰ ਅਲਵਿਦਾ ਕਹਿਤਾ ਦਿੱਲੀ ਚ ਵੀ ਕਹਿਤਾ ਉੱਥੇ ਬਹਾਨਾ ਇਹ ਸੀ ਕਿ ਅਸੀਂ ਬਣਾ ਨਹੀਂ ਸਕਦੇ ਪੰਜਾਬ ਚ ਹੁਣ ਇਹਦਾ ਜ਼ਿਕਰ ਨਹੀਂ ਛੇੜਦੇ ਫੰਡਾਂ ਦੇ ਹਿਸਾਬ ਕਿਤਾਬ ਦਾ ਇਹਨਾਂ ਨੇ ਆਪ ਵੀ ਦੇਣਾ ਬੰਦ ਕਰਤਾ ਇਹ ਮਸਲਾ ਵੀ ਉਠਾਤਾ ਭ੍ਰਿਸ਼ਟਾਚਾਰ ਬੰਦ ਉਦੋਂ ਹੋਊ ਭ੍ਰਿਸ਼ਟਾਚਾਰ ਕਿਸੇ ਨੀਤੀ ਚੋਂ ਪੈਦਾ ਹੁੰਦਾ ਨੀਤੀਗਤ ਫੈਸਲੇ ਚੋਂ ਪੈਦਾ ਹੁੰਦਾ ਜਦੋਂ ਤੱਕ ਤੁਸੀਂ ਇਹ ਕਹਿ ਕੇ ਸਾਰੀ ਜਾਓਗੇ ਨੀਤ ਚੰਗੀ ਚਾਹੀਦੀ ਆ ਬਿਲਕੁਲ ਨੀਤ ਚੰਗੀ ਚਾਹੀਦੀ ਆ ਡਾਕਟਰ ਗਰਗ ਸਾਹਿਬ ਵੀ ਵਾਰ ਵਾਰ ਕਹਿੰਦੇ ਨੇ ਭਗਵੰਤ ਮਾਨ ਦੀ ਨੀਤ ਚੰਗੀ ਆ ਇਹ ਨਵੇਂ ਆਏ ਨੇ ਇਹਨਾਂ ਦੀ ਨੀਤ ਚੰਗੀ ਆ ਪਰ ਨੀਤ ਦਾ ਪਤਾ ਕਿਵੇਂ ਲੱਗੂ ਚੰਗੀ ਆ ਜਦੋਂ ਤੁਸੀਂ ਉਹ ਨੀਤੀਆਂ ਬਦਲੋਗੇ ਜਿਹਦੇ ਵਿੱਚੋਂ ਭ੍ਰਿਸ਼ਟਾਚਾਰ ਪੈਦਾ ਹੁੰਦਾ ਜਦੋਂ ਤੁਸੀਂ ਉਹ ਨੀਤੀਗਤ ਫੈਸਲੇ ਬਦਲੋਗੇ ਚੱਲਦਾ ਤੇ ਜਦੋਂ ਤੱਕ ਤੁਸੀਂ ਆਪਣੀ ਕਾਰਜਸ਼ੈਲੀ ਬਦਲੋਗੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਚੁਸਤ ਦਰੁਸਤ ਤੇ ਜਵਾਬਦੇਹ ਬਣਾਓਗੇ ਹੁਣ ਤਿੰਨਾਂ ਮਾਮਲਿਆਂ ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਭ੍ਰਿਸ਼ਟਾਚਾਰੀਆਂ ਨੂੰ ਫੜਨ ਦੀ ਗੱਲ ਕਰਦੇ ਨੇ ਭ੍ਰਿਸ਼ਟਾਚਾਰ ਹੋਣ ਦੀ ਗੱਲ ਕਰਦੇ ਨੇ ਚੰਗੀ ਗੱਲ ਆ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਚਾਹੀਦਾ ਪਰ ਇਹ ਦਾਅਵਾ ਕਰਨਾ ਕਿ ਅਸੀਂ ਭ੍ਰਿਸ਼ਟਾਚਾਰ ਦੀ ਜੜ ਨੂੰ ਹੱਥ ਪਾ ਲਿਆ ਇਹ ਚੁਟਕਲਾ ਇਹ ਥੁੱਥਾ ਵਾਅਦਾ ਇਹ ਲੱਛਣ ਨੇ ਜਿਹਨਾਂ ਚੋਂ ਪੈਦਾ ਹੋਇਆ ਉਹਦੇ ਲੱਛਣ ਨੇ ਇਹਨਾਂ ਤੋਂ ਜੜ ਵੱਲ ਤੁਰਨ ਦੀ ਲੋੜ ਆ ਜਦੋਂ ਤੱਕ ਇਹ ਜੜ ਵੱਲ ਨਹੀਂ ਤੁਰਦੇ ਇਦੋਂ 100 ਗੁਣਾ ਵੱਧ ਵੱਡਾ ਹਮਲਾ ਕੈਪਟਨ ਅਮਰਿੰਦਰ ਨੇ ਅਕਾਲੀਆਂ ਦੇ ਖਿਲਾਫ਼ ਬੋਲਿਆ ਸੀ ਕੇਸ ਵੀ ਦਰਜ ਕੀਤੇ ਸੀ ਬਾਦਲਾਂ ਦਾ ਵੀ ਕੀਤਾ ਸੀ ਨਤੀਜਾ ਕੀ ਨਿਕਲਿਆ ਜੀ ਜ਼ੀਰੋ ਸੋ ਇਸ ਕਰਕੇ ਇਹ ਸਿਆਸੀ ਲਾਹਾ ਲੈਣ ਲਈ ਜਿਹੜੀਆਂ ਗੱਲਾਂ ਕਰਦੇ ਨੇ ਚੰਗੀਆਂ ਲੱਗਦੀਆਂ ਨੇ ਲੋਕਾਂ ਨੂੰ ਇਹ ਪਰ ਇਹ ਮਸਲਿਆਂ ਦਾ ਹੱਲ ਨਹੀਂ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਸਪੀਕਰ ਨੂੰ ਮਿਲਦੇ ਸੀ ਕਿ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਈ ਜਾਵੇ
फिर दो नंबर का धंधा बंद हो, फिर शराब भी सस्ती होगी, 50,000 नूं पक्का रुजगार भी मिलेगा। तो रुजगार दे मतलब यह कहा कि असं कच्चा एक भी भर्ती नहीं करना, पक्की भर्ती करा। तो कही जी हम नीति लिया जी शराब की, चलो हाई कोर्ट च भी चैलेंज होया, उन्होंने नोटिस जारी किया गया, उदों भी वड्डे माफी पैदा करने लिए करा खोलता। जिहड़ा 5 करोड़ का जोन से 34-40 करोड़ से ले गए, तो जिहड़ा ठेके से L1 वह घटा के बहुत सीमित करते। 170 जोना दे विच्चों सिर्फ 53 दी बिल्डिंग आई है जिन्हों आपां कह दईए, बाकी खाली ने। बाकी फिर तुसीं दूजे लुट भरोंगे, दूजे लुट मन मर्जी करोंगे किनू देना नहीं देना, ते जो तुसीं तय कीता रेट फिक्स कीता वह तो घट देना पऊ। ते फिर 90,000 करोड़ मालिया किवें आजू जी, तुसीं ये दसो। रेते दी नीति बदले बिना, शराब दी नीति, कोई भी माफिया जो नीति बदले बिना खत्म नहीं हो सकता। नीति बदले बिना जो तुसी कर दे हो देखने में चंगा लगता, अल्टीमेटली कढ़न पाने कख नहीं रहना, सियासी राह जरूर मिल जू। क्योंकि यह जी पार्टी आ यह विरोध के बिचों उन्हों की आलोचना करती रही है जी वाजब आ, पर इन्हों को बदल किसी चीज का कोई नहीं। कहते तो यह सी असं बहुत अध्ययन किया, असी अध्ययन करके बिजली बिलों का अध्ययन कर लिया, असी शराब की नीति का अध्ययन कर लिया, असी रेते की नीति का अध्ययन कर लिया। तो केजरीवाल साहब कहते 54,000 करोड़ मैं हाथ च लैके तुर रहा, फिर बिजली माफ करने की गल कहते हूँ भी ऐलान करता, पर नोटिफिकेशन कोई नहीं, जो आऊ उदो पता लगू यहाँ की हो रहा। सो ठीक आ, विधानसभा के यह गल्ला करनिया की होया, पर नाले दसो हुण गाहां नूं इह ऐ नहीं हो, असीं इहदा आ इंतजाम कर लिया, हुण असीं इह होण नहीं देना। बदल पेश कीते बिना हालत की व्याख्या करनी वधिया गल आ, पर हालात नूं बदलण लई योजनाबंदी पेश करनी असल हल उहो आ। जिहड़े पासे सरकार लगातार फेल हुंदी आ रही आ, फैसले बदल रही आ, गरंटियां पूरियां करन दी थां नवें ऐलान कर रही आ, शाम लाटां जमीनां छुड़ा लईआं जी, उहदियां ते स्टे मिल गई, फिर संगरूर चोण सुख विलास असी घेर लेना जी, असी वह परल वाली जमीन आ जी अक्वायर कर लेनी है जी, जी करे नहीं सकते। सो कानून ये अफसर शाही से निर्भर कर रहे हैं, उही अफसर शाही है जी पुरानी लुट दे विच गल गल तक डुबी हुई है, लुट की दलदल च उन्हें इनू इन चक्कर च फसा के हंभा देना, तो फिर कोई राह नहीं निकलना। इस पक्षों सोचण की लोड़ आ, करप्शन 10,000 करोड़ कह दो, 20,000 करोड़ कह दो, जो अंकड़ा तुम कह दोगे वह सच्ची आ, यह घट वध होने की कोई रौला हो सकता। 7,000 हो, चलो 5,000 करोड़ हो, 5,000 करोड़ कहना घटा जी, पर सवाल यह है ना, तुम कहते रेते चो 20,000 करोड़ कढ़ा बिना कोई नीति बदले किवें कढ़ लोगे जी, रेता तो पहला नालों भी महंगा हो गया जी। माली साहब मैं इसे सवाल से आना सी, जो चैलेंज राजा वड़िंग कर देंगे ने कि 20,000 करोड़ तुसी रेते चो माइनिंग चो बना के दिखाओ, नवजोत सिंह सिद्धू हरी भी बड़े वड्डे अंकड़े देंदे हुंदे सी कि रेते चो इन्ना कमाया जा सकता है, कि 20,000 करोड़ रुपया भी नहीं कमाया जा सकता। देखो इहदे मेरे कोल ठोस जानकारी नहीं, पर नवजोत सिंह सिद्धू ने भी चैलेंज किया सी केजरीवाल नूं भी, जिन्ना पैसा तू कहना इन्ना निकले नहीं सकता रेते चो, इन्ना रेता निकलता इन्नी खपता आ करके इन्ने पैसे निकल सकते ने, वो अंकड़े मेरे हुण पूरी तरह याद नहीं। हर थां तों पैसा निकल सकता जी, हुण कुलदीप धालीवाल साहब पंचायत मंत्री ने वह कहिंदे ने सब तो वड्डा स्कैंडल होया जिहड़ा लॉकिंग टाइलां दा होया, साडे अफसरां ने ते विधायकां ने मिलके लॉकिंग टाइलां दे पट्ठे ला ले ते लुट बचा दी। ठीक आ, सच्ची गल आ, विजेंद्र सिंगला ने भी फटे चक्के ने इस मामले दे विच, ते तुसीं हुण लॉकिंग टाइलां नहीं हुण फेर लगणगीआं ना जी, हुण तुसीं उदों बदलवी नीति लियाओ, बदलवे टेंडर लियाओ ना। लोकां ने जो आलोचना करदे हो सही आ, फिर उहदा बदल पेश करो भी आह देखो जी, रेते चों आए लुट खत्म हो गई आमदन ऐ वध गई, शराब चों माफी आए खत्म हो गया आमदन ऐ वध गई, आह ठेकिया चों टेंडरां चों, क्योंकि केजरीवाल यही कहिंदे सी एक पुला दिल्ली का कदे उहनूं 250 करोड़ कहिंदे सी, कदे 150 करोड़ कहिंदे सी, कहिंदे उहदा एसटीमेट बणिया, असीं उह एसटीमेट दुबारे लाया, ਉਹ ਤੋਂ ਕਦੇ ਕਹਿੰਦੀ 100 ਕਰੋੜ ਬਚ ਗਿਆ, ਕਦੇ ਕਹਿੰਦੀ 50 ਕਰੋੜ ਬਚ ਗਿਆ, ਕਿਸੇ 75 ਕਰੋੜ ਬਚ ਗਿਆ। ਇਹੋ ਜਿਹਾ ਕੋਈ ਅਮਲ ਸਾਹਮਣੇ ਲੈ ਕੇ ਤਾਂ ਆਉਣ ਨਾ ਜੀ। ਹੁਣ ਅਲਫਾ ਸਿਟੀ ਆ ਜੀ ਅੰਮ੍ਰਿਤਸਰ ਵਾਲੀ,
ਉਹਦਾ ਕਹਿਤਾ ਵੀ ਰਸਤੇ ਵੇਚੇ ਨੇ ਜੀ, ਉਹ ਚ ਕਰਪਸ਼ਨ ਹੋਈ ਆ ਜੀ। ਪਹਿਲਾਂ ਤਾਂ ਧਾਲੀਵਾਲ ਸਾਹਿਬ ਨੇ ਗੋਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਰਾਣੇ ਪੰਚਾਇਤ ਮੰਤਰੀ ਨੇ ਤਰਕ ਇਹ ਦਿੱਤਾ ਵੀ ਉਹ ਰਸਤੇ ਅੱਡ ਅੱਡ ਥਾਵਾਂ ਤੇ ਨੇ ਜੀ, ਉਹਨਾਂ ਦਾ ਕੋਈ ਖਰੀਦਦਾਰ ਨੀ, ਉਹ ਉਸੇ ਭਾਅ ਕਿਵੇਂ ਵਿੱਚ ਵਿਕ ਜਾਣਗੇ। ਗੱਲ ਇਹ ਤੋਂ ਉਲਟਾ, ਜਦੋਂ ਤੱਕ ਉਹ ਪ੍ਰੋਜੈਕਟ ਉਹ ਸਰਕਾਰੀ ਰਸਤੇ ਨਹੀਂ ਖਰੀਦਦਾ, ਉਹਦਾ ਪ੍ਰੋਜੈਕਟ ਹੀ ਨੀ ਪੂਰਾ ਹੁੰਦਾ, ਉਹਦੀ ਪ੍ਰੋਜੈਕਟ ਦੀ ਕੋਈ ਪਲੈਨਿੰਗ ਨੀ ਬਣਦੀ, ਉਹਦੀ ਡੋਢੀ ਕੀਮਤ ਵਸੂਲੀ ਜਾ ਸਕਦੀ ਆ ਆਮ ਦੇ ਨਾਲੋਂ। ਤੇ ਜੇ ਕੋਈ ਲੈਂਦਾ ਨੀ ਤਾਂ ਤੁਸੀਂ ਉਹਨਾਂ ਦੀ ਖੁੱਲੀ ਨਿਲਾਮੀ ਕਰੋ ਰਸਤਿਆਂ ਦੀ, ਆਪੀ ਜਿਹੜਾ ਜਿਹੜਾ ਪ੍ਰੋਜੈਕਟ ਵਾਲਾ ਉਹ ਵੀ ਦਊਗਾ, ਦੂਜੇ ਵੀ ਦੇਣਗੇ। ਅਗਲਾ ਕਿਸੇ ਪ੍ਰੋਜੈਕਟ ਦੇ ਵਿੱਚ ਜੇ ਕਹਿੰਦੀ 5 ਵਿਘੇ ਜ਼ਮੀਨ ਫਸ ਜੇ, 15 ਵਿਘੇ ਦੇ ਪੈਸੇ ਲੈ ਕੇ ਛੱਡਦਾ ਜੇ ਉਹ ਕੈਰ ਨਾ ਕੀਤੀ ਹੋਵੇ। ਸੋ ਇਹ ਜਿਹੜੀਆਂ ਦਲੀਲਾਂ ਨੇ, ਤੇ ਰਸਤੇ ਤਾਂ ਸੁਖਵਿੰਦਰ ਜੀ ਸਾਰੇ ਥਾਂ ਤੇ ਵੇਚੇ ਨੇ, ਮੋਹਾਲੀ ਚੰਡੀਗੜ੍ਹ ਜਿੰਨੇ ਪ੍ਰੋਜੈਕਟ ਨੇ, ਪਿੰਡਾਂ ਦੇ ਪਿੰਡਾਂ ਦੀ ਜ਼ਮੀਨ ਖਰੀਦੀ ਆ, ਉਹ 'ਚ ਸਰਕਾਰੀ ਰਸਤੇ ਪਈਆਂ ਆਈਆਂ ਨੇ ਤੇ ਸਾਰਿਆਂ ਦੇ ਸੌਦੇ ਹੋਏ ਨੇ, ਸਾਰਿਆਂ 'ਚ ਕਰਪਸ਼ਨ ਹੋਈ ਆ। ਤੁਸੀਂ ਐਲਾਨ ਕਰਤਾ ਕਰਪਸ਼ਨ ਹੋਈ ਆ, ਜਾਂਚ ਕਰਾ ਨਹੀਂ ਰਹੇ, 3 ਮੈਂਬਰੀ ਕਮੇਟੀ ਬਣਾਤੀ, ਕਿੱਥੇ ਆ ਜੀ ਉਹਦੀ ਰਿਪੋਰਟ? ਸ਼ਾਮਲਾਟ ਜ਼ਮੀਨਾਂ ਬਾਰੇ ਕਮੇਟੀ ਬਣਾਤੀ, ਦੱਸੋ ਜੀ ਕਿੱਥੇ ਆ ਉਹਦੀ ਰਿਪੋਰਟ? ਸੋ ਇਸ ਕਰਕੇ ਜਿਹੜੀ ਇਹ ਸਰਕਾਰ ਆ, ਇਹਨੂੰ ਗੰਭੀਰਤਾ ਨਾਲ ਪੱਕੇ ਪੈਰੀ ਹੋ ਕੇ ਕੰਮ ਕਰਨੇ ਚਾਹੀਦੇ ਨੇ, ਤਾਂ ਕਿ ਜਿਹੜਾ ਉਹਦਾ ਲਾਭ ਆ ਉਹ ਅਗਲੀ ਲਾਸਟ ਕਤਾਰ ਦੇ ਬੰਦੇ ਤੱਕ, ਆਮ ਲੋਕਾਂ ਤੱਕ ਪਹੁੰਚੇ। ਕਿਉਂਕਿ ਖਜ਼ਾਨੇ ਨੂੰ ਭਰਨ ਦਾ ਆਮ ਤੌਰ ਤੇ ਕਹਿੰਦੇ ਆ ਨਾ ਵੀ ਪੁਰਾਣੀ ਬੋਤਲ ਆ ਜੀ, ਨਾ ਪੁਰਾਣੀ ਸ਼ਰਾਬ ਆ ਜੀ ਨਵੀਂ ਬੋਤਲ ਆ, ਇਹ ਨਵੀਂ ਉਹ ਬੋਤਲ ਆ, ਪੁਰਾਣੀ ਉਹ ਬੋਤਲ ਆ, ਪੁਰਾਣੀ ਉਹ ਸ਼ਰਾਬ ਆ, ਅੰਕੜੇ ਦਾ ਹੇਰ ਫੇਰ ਆ। ਉਹਦੀ ਮੈਂ ਹੁਣ ਵਿਆਖਿਆ 'ਚ ਕੀ ਜਾਣਾ, ਹਮੀਰ ਸਿੰਘ ਨੇ ਤੁਹਾਡੇ ਨਾਲ ਵਾਰਤਾਲਾਪ 'ਚ ਉਹ ਬੜਾ ਵਿਸਥਾਰ 'ਚ ਦੱਸਿਆ ਜੀ। ਜੀ ਜੀ ਗੱਲ ਜਦੋਂ ਮਾਲੀ ਸਾਹਿਬ ਭ੍ਰਿਸ਼ਟਾਚਾਰ ਦੀ ਹੁੰਦੀ ਹੈ ਤਾਂ ਇੱਥੇ ਮੁੱਕਦੀ ਆ ਕੇ, ਕਿ ਇਹ ਤਾਂ ਕਹੀ ਜਾਂਦੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਲੀ, ਠੀਕ ਹੈ ਕਿਤੇ ਕਿਤੇ ਪਈ ਵੀ ਹੋਣੀ, ਪਰ ਜਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਸਵਾਲ ਉੱਥੇ ਪੈਦਾ ਹੁੰਦਾ ਕਿ ਉਹ ਪੈਸਾ ਜਾ ਕਿੱਥੇ ਰਿਹਾ। ਜੇ ਇਕੱਲੀ ਅਫਸਰਸ਼ਾਹੀ ਖਾ ਰਹੀ ਹੈ ਜਾਂ ਤੁਹਾਡੇ ਉੱਪਰ ਤੱਕ ਪਹੁੰਚਦਾ ਆ ਤਾਂ ਉਹਦਾ ਵੀ ਹਿਸਾਬ ਫਿਰ ਲੋਕ ਮੰਗਣਗੇ, ਕਿਉਂਕਿ ਤੁਸੀਂ ਪਾਰਦਰਸ਼ਤਾ ਦੀ ਗੱਲ ਕੀਤੀ ਸੀ। ਮੈਂ ਮਾਲੀ ਸਾਹਿਬ ਅਗਲੀ ਗੱਲ ਤੇ ਆਉਣਾ ਕਿ 780 ਕਰੋੜ ਰੁਪਇਆ ਇਹਨਾਂ ਨੇ ਨਹਿਰੀ ਪਾਣੀ ਜਿਹੜਾ ਰਾਜਸਥਾਨ ਨੂੰ ਜਾਂਦਾ ਹੈ ਉਹਦੇ ਵਾਸਤੇ ਰੱਖਿਆ ਕਿ ਉਹਨੂੰ ਪੱਕਿਆਂ ਕਰਨਾ, ਉਹਨਾਂ ਨਹਿਰਾਂ ਨੂੰ, ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਵਾਲੀ ਨੂੰ, ਉਹਨੂੰ ਲੈ ਕੇ ਵੀ ਕਾਫੀ ਉਹ ਹੱਲਾ ਮੱਚ ਗਿਆ ਕਿ ਤੁਸੀਂ ਪੱਕਿਆਂ ਕਰਨ ਦੀ ਗੱਲ, ਤੁਸੀਂ ਤੇ ਕਹਿੰਦੇ ਸੀ ਕਿ ਅਸੀਂ ਪਾਣੀਆਂ ਦਾ ਜਿਹੜਾ ਮੁਆਵਜ਼ਾ ਲਿਆ ਕਰਾਂਗੇ, ਜਿਹੜੇ ਜਿਹੜੇ ਸੂਬਿਆਂ ਨੂੰ ਪਾਣੀ ਜਾਂਦਾ ਸਾਡਾ ਇੱਕ ਇੱਕ ਤੁਪਕੇ ਦਾ ਹਿਸਾਬ ਹੋਏਗਾ। ਤੁਹਾਡੀ ਪਹਿਲੀ ਗੱਲ ਦਾ ਮੈਂ ਇੱਕ ਲਾਈਨ ਚ ਜਵਾਬ ਦੇਵਾਂ, ਪੈਸਾ ਜਾਂਦਾ ਕਿੱਥੇ ਆ? ਆਈਏਐਸ ਪੋਪਲੀ ਫੜਿਆ ਨਾ ਜੀ, ਪਤਾ ਲੱਗ ਗਿਆ ਪੈਸਾ ਕਿੱਥੇ ਜਾਂਦਾ। ਪਹਿਲਾਂ ਪੈਸਾ ਸੀ ਜਿਹੜਾ ਹਰਿਆਣੇ ਚ ਜਾਂਦਾ ਸੀ ਬਾਦਲ ਸਾਹਿਬ ਵੇਲੇ, ਬਾਲਾ ਸਰ ਫਾਰਮ ਬਣਿਆ ਨਾ ਜੀ, ਫਿਰ ਔਰਬਿਟ ਹੋਟਲ ਬਣਿਆ ਦਿੱਲੀ ਕੋਲੇ, ਉੱਥੇ ਜਾਂਦਾ ਸੀ। ਹੁਣ ਇਹ ਪੈਸਾ ਬਾਹਰਲੇ ਦੇਸ਼ਾਂ ਚ ਜਾਂਦਾ ਹਵਾਲੇ ਰਾਹੀਂ, ਹੁਣ ਦੁਬਈ ਜਾਂਦਾ, ਹੁਣ ਅਮਰੀਕਾ, ਕੈਨੇਡਾ, ਇੰਗਲੈਂਡ ਜਾਂਦਾ, ਇਹਦੇ ਆਪਣੇ ਆਪਣੇ ਤਰੀਕੇ ਨੇ। ਬਾਦਲ ਸਾਹਿਬ ਵੇਲੇ ਵੀ ਬਹੁਤ ਗੱਲਾਂ ਹੋਈਆਂ ਸੀ ਵੀ ਲੱਭ ਲਈ ਜੀ ਜਾਇਦਾਦ, ਉੱਥੇ ਉਹੀ ਅਫਸਰਾਂ ਨੇ ਮੁੜ ਕੇ ਉੱਥੇ ਮਿੱਟੀ ਪਾਤੀ। ਹੁਣ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਆ, ਇਹ ਬਹੁਤ ਵੱਡਾ ਗੰਭੀਰ ਸਵਾਲ ਆ ਸੁਖਵਿੰਦਰ ਜੀ। ਇਹ ਗੱਲ ਠੀਕ ਆ, ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ, ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ। ਉਸ ਡਾਕੇ ਬਾਰੇ 2 ਵਾਰ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਕੈਪਟਨ ਅਮਰਿੰਦਰ ਵੇਲੇ ਵੀ, ਬਾਦਲ ਸਾਹਿਬ ਵੇਲੇ ਵੀ, ਕਿ ਇਹ ਵਿਧਾਨ ਸਭਾ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਇਸ ਪਾਣੀ ਦਾ ਮੁੱਲ ਵਸੂਲਣ ਲਈ, ਰਾਇਲਟੀ ਵਸੂਲਣ ਲਈ ਲੋੜੀਂਦੀ ਕਾਰਵਾਈ ਕਰੇ। 1955 ਚ ਜਿਹੜਾ ਸਮਝੌਤਾ ਕੀਤਾ ਸੀ, ਰਾਜਸਥਾਨ ਨੂੰ ਪਾਣੀ ਦਿੱਤਾ ਸੀ, ਪਹਿਲਾਂ ਮੁੱਲ ਜਾਂਦਾ ਸੀ, ਉਸ ਮੀਟਿੰਗ ਚ ਲਿਖਿਆ ਹੋਇਆ ਅਗਲੀ ਮੀਟਿੰਗ ਦੇ ਵਿੱਚ ਇਹਦਾ ਮੁੱਲ ਤੈਅ ਕਰਾਂਗੇ। ਉਦੋਂ ਪਟਿਆਲਾ ਰਿਆਸਤ ਪੰਜਾਬ ਤੋਂ ਪਾਣੀ ਲੈਂਦੀ ਸੀ, ਉਹ ਵੀ ਪੈਸੇ ਦਿੰਦੀ ਸੀ, ਬੀਕਾਨੇਰ ਵਾਲੇ ਵੀ ਲੈਂਦੇ ਸੀ, ਉਹ ਵੀ ਪੈਸੇ ਦਿੰਦੇ ਸੀ। ਅੱਜ ਤੱਕ ਉਹ ਮੁੜ ਕੇ ਮੀਟਿੰਗ ਨਹੀਂ ਹੋਈ ਤੇ ਨਾ ਉਹ ਸਰਕਾਰਾਂ ਦੇ ਵਿਧਾਨ ਸਭਾ ਦੇ ਮਤਿਆਂ ਦੀ ਗੱਲ ਹੋਈ ਆ। ਹੋਇਆ ਕੀ, ਸਾਡਾ ਨਹਿਰੀ ਪਾਣੀ ਦਾ ਸਿੰਚਾਈ ਸਿਸਟਮ ਤਬਾਹ ਕਰਤਾ, ਸੌਖਾ ਹੱਲ ਦੇਤਾ ਬਿਜਲੀ ਮੋਟਰਾਂ, ਤੇ ਉਹਨਾਂ ਨੂੰ ਗਾਹਾਂ ਫੇਰਾ ਕੇ ਮੁਫ਼ਤ ਬਿਜਲੀ ਵੀ ਕਰਤੀ। ਰਣਜੀਤ ਸਾਗਰ ਡੈਮ ਜਿਹੜਾ ਬਣਦਾ ਸੀ 27 ਸਾਲ 25 ਸਾਲ, ਉਹ ਬਣਨੇ ਨਹੀਂ ਦਿੱਤਾ, ਧਰਤੀ ਹੇਠਲਾ ਪਾਣੀ ਕੱਢਣ ਲਈ ਮੱਛੀ ਮੋਟਰਾਂ ਲਾਤੀਆਂ, 47 ਤੱਕ ਪਹੁੰਚਾਤਾ ਪਾਣੀ, ਤੇ ਨਾਲ ਥਰਮਲ ਗੱਡ ਤੇ ਥਰਮਲ ਗੱਡਣ ਨੂੰ ਪ੍ਰਾਪਤੀ ਦੱਸੀ ਜਾਂਦੇ ਆਪਦੀ। ਜਿਹੜਾ ਪੰਜਾਬ ਜਿਹਦੇ ਕੋਲੇ ਸਭ ਤੋਂ ਵੱਧ ਬਿਜਲੀ ਆ, ਸਭ ਤੋਂ ਵੱਧ ਦਰਿਆਈ ਪਾਣੀ ਆ, ਉਹਦੀ ਵਰਤੋਂ ਕਰਨ ਦੀ ਥਾਂ ਉਹਨੂੰ ਹਾਸਲ ਕਰਨ ਦੀ ਤਾਂ ਇੱਕ ਪੁੱਠੇ ਰਾਹ ਪਾਤਾ, ਸਿੰਜਾਈ ਸਿਸਟਮ ਤਬਾਹ ਹੋ ਗਿਆ। ਹੁਣ ਹਾਲਤ ਕੀ ਆ, ਮੈਨੂੰ ਇੱਕ ਬਹੁਤ ਸੀਨੀਅਰ ਅਫਸਰ ਨੇ ਦੱਸਿਆ ਕਿ ਜਿੰਨਾ ਵੀ ਪੰਜਾਬ ਦੇ ਹਿੱਸੇ ਦਾ ਪਾਣੀ ਬਚਿਆ, ਪੰਜਾਬ ਤਾਂ ਉਹਨੂੰ ਵੀ ਨਹੀਂ ਵਰਤ ਰਿਹਾ, ਸਿੰਚਾਈ ਸਿਸਟਮ ਤਬਾਹ ਹੋ ਗਿਆ, ਜਿਹਦੇ ਕਰਕੇ ਜਦੋਂ ਪੰਜਾਬ ਦਾ ਪਾਣੀ ਵੱਧ ਹੋਇਆ,
ਜਾਂ ਤਾਂ ਨਹਿਰ ਬੰਦੀ ਕਰ ਦਿੰਦੇ ਨੇ, ਆਲੇ ਦੁਆਲੇ ਕੱਢ ਦਿੰਦੇ ਨੇ, ਜਾਂ ਫਿਰ ਉਹ ਰਾਵੀ ਚ ਛੱਡਦੇ ਨੇ। ਹੁਣ ਇੱਕ ਵਿਧਾਇਕ ਨੇ ਸ਼ਾਇਦ ਮਨਪ੍ਰੀਤ ਆਲੀ ਨੇ ਵਿਧਾਨ ਸਭਾ ਚ ਸਵਾਲ ਉਠਾਇਆ ਕਿ ਜਿਹੜਾ ਪੰਜਾਬ ਦਾ ਪਾਣੀ ਬਚਦਾ ਵਰਤਿਆ ਨਹੀਂ ਜਾਂਦਾ ਉਹਨੂੰ ਤੁਸੀਂ ਵੇਸਟ ਕਿਉਂ ਕਰਦੇ ਹੋ, ਬੰਦ ਕਿਉਂ ਕਰਦੇ ਹੋ, ਉਹਨੂੰ ਰੀਚਾਰਜ ਕਰੋ, ਉਹਨੂੰ ਸਾਡੀ ਧਰਤੀ ਦੇ ਵਿੱਚ ਪਾਓ, ਸਾਡੇ ਹਿੱਸੇ ਦਾ ਪਾਣੀ ਜਿਹੜਾ ਬਣਦਾ ਤਾਂ ਕਿ ਪਾਣੀ ਦਾ ਪੱਧਰ ਉੱਚਾ ਆਵੇ। ਇਹ ਜਿਹੜਾ ਨਹਿਰਾ ਕੁਦਰਤੀ ਆ ਇਹਦੇ ਵਿੱਚੋਂ ਪਾਣੀ ਹੇਠਾਂ ਜੀਰ ਦਾ ਨਹਿਰਾ ਚੋਂ ਸਿਮ ਦਾ ਪਾਣੀ, ਤੇ ਅਸੀਂ ਪਹਿਲਾਂ ਇੱਧਰ ਨਹਿਰਾਂ ਪੱਕੀਆਂ ਕੀਤੀਆਂ ਤੇ ਹੁਣ ਰਾਜਸਥਾਨ ਦੀਆਂ ਨਹਿਰਾਂ ਪੱਕੀਆਂ ਕਰਨ ਖਾਤਰ ਤੁਸੀਂ 780 ਕਰੋੜ ਆ ਉਹ ਪੰਜਾਬ ਖਰਚੂ। ਜਿਹੜਾ ਪੰਜਾਬ ਦਾ ਸਿੰਚਾਈ ਪ੍ਰਬੰਧ ਆ ਉਹਨੂੰ ਲੀਹ ਤੇ ਲਿਆਉਣ ਲਈ, ਸੂਹਿਆਂ ਕੱਸੀਆਂ ਦੀ ਮੁਰੰਮਤ ਕਰਨ ਲਈ ਕੋਈ ਪੈਸਾ ਨਹੀਂ, ਕੋਈ ਬੋਲਬਾਲਾ ਨਹੀਂ। ਕਾਗਜ਼ਾਂ ਚ ਸਾਫ਼ ਹੁੰਦਾ ਇਰੀਗੇਸ਼ਨ ਵਿਭਾਗ ਸਿੰਚਾਈ ਵਿਭਾਗ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਤੁਹਾਡੇ ਯਾਦ ਹੋਊ ਗੁਰਿੰਦਰ ਭਾਪੇ ਵਾਲਾ 1200 ਕਰੋੜ ਦਾ ਸਕੈਂਡਲ, ਜਿਹਦੇ ਵਿੱਚ 2 ਮੰਤਰੀ ਆਉਂਦੇ ਨੇ, ਜਿਹਦੇ ਵਿੱਚ 5 ਅਫਸਰ ਅਫਸਰ ਵੀ ਆਉਂਦੇ ਨੇ, PA ਵੀ ਆਉਂਦੇ ਨੇ, ਉਹਨਾਂ ਦੇ ਜਾਂਚ ਪੂਰੀ ਹੋਈ ਹੋਈ ਆ, ਸਿਰਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇਣੀ ਆ। ਹੁਣ ਉਹਦੀ ਫੇਰ ਕਹਿੰਦੇ ਜਾਂਚ ਦੇ ਦੁਆਰਾ ਹੁਕਮ ਕਰਤੇ ਪ੍ਰਵਾਨਗੀ ਦੇਣ ਦੀ ਥਾਂ। ਤੁਸੀਂ ਦੇਖੋ ਤਾਂ ਸਹੀ ਸਿੰਚਾਈ ਐਨਵੀ ਸਿੰਚਾਈ ਵਿਭਾਗ ਚ ਪੈਸੇ ਨਹੀਂ ਹੁੰਦੇ, ਕਾਗਜ਼ਾਂ ਚ ਨਹਿਰਾਂ ਸਾਫ਼ ਹੁੰਦੀਆਂ ਨੇ, ਕਾਗਜ਼ਾਂ ਚ ਸੂਏ ਕੱਸੀਆਂ ਡਰੇਨਾਂ ਸਾਫ਼ ਹੁੰਦੀਆਂ ਨੇ, ਠੇਕੇ ਹੁੰਦੇ ਨੇ, ਤੇ ਕਾਗਜ਼ਾਂ ਦੇ ਵਿੱਚ ਉਹ ਪੈਸਾ ਵੀ ਹਜ਼ਮ ਕੀਤਾ ਜਾਂਦਾ। ਉਹ ਪੈਸਾ ਹਜ਼ਮ ਕਰਨ ਦੀ ਖੁੱਲ੍ਹ ਦੇ ਤੀ, ਉਹਦੀ ਸਦਵਰਤੋਂ ਦੀ ਜਾਂ ਉਹਨੂੰ ਵਾਧੂ ਕਰਕੇ ਨਹਿਰੀ ਪਾਣੀ ਲਈ ਖੇਤੀ ਲਈ ਵਰਤਣ ਲਈ, ਉਧਰਲੇ ਪਾਸੇ ਕੋਈ ਪ੍ਰਬੰਧ ਨਹੀਂ ਕੀਤਾ। ਸੋ ਇਹ ਬਹੁਤ ਵੱਡਾ ਗੰਭੀਰ ਸਵਾਲ ਆ ਜੀ। ਇਹ ਕਹਿੰਦੇ ਨੇ ਸੇਮ ਵਾਲੇ ਇਲਾਕੇ ਚ ਅਸੀਂ ਪੱਕੀ ਕਰਦੇ ਹਾਂ, ਮੈਂ ਕਹਿੰਦਾ ਮੰਨ ਲਓ ਜਿਹੜਾ ਸੇਮ ਵਾਲਾ ਇਲਾਕਾ ਉੱਥੋਂ ਪੱਕੀ ਕਰ ਦਿਓ ਜੀ ਤੁਸੀਂ, ਜੇ ਤੁਹਾਨੂੰ ਪੰਜਾਬ ਨੂੰ ਘਾਟਾ ਪੈਂਦਾ ਸੇਮ ਦਾ। ਪਰ ਸੇਮ ਤਾਂ ਕਿੱਥੋਂ ਤੁਰ ਤੁਰ ਕੇ, ਮੈਨੂੰ ਲੱਗਦਾ ਸ਼ਾਇਦ ਹੁਣ ਪੰਜਾਬ ਦੀ ਲੰਘ ਗਈ, ਆਖਰੀ ਹਿੱਸਿਆਂ ਤੇ ਮਾੜੀ ਮੋਟੀ ਹੈਗੀ ਆ। ਅਬੋਹਰ ਵਾਲੇ, ਫਾਜ਼ਿਲਕਾ ਵਾਲੇ ਉਹ ਤਾਂ ਤਰਸ ਰਹੇ ਨੇ ਵੀ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ। ਜੀ ਸਰਕਾਰ ਵੈਸੇ ਇਹ ਗੱਲ ਤਾਂ ਕਹਿ ਰਹੀ ਆ ਕਿ ਜਿਹੜਾ ਬੁੱਢਾ ਨਾਲਾ ਆ ਉਹ ਪੰਜਾਬ ਲਈ ਸਰਾਪ ਬਣਿਆ ਹੋਇਆ, ਪਰ ਫਿਰ ਸਵਾਲ ਇਹਨਾਂ ਤੇ ਆ ਕੇ ਉੱਠਦਾ ਕਿ ਤੁਸੀਂ ਕਹਿ ਰਹੇ ਹੋ ਠੀਕ ਹੈ, ਤੁਹਾਨੂੰ ਵੀ ਪਤਾ, ਲੋਕਾਂ ਨੂੰ ਵੀ ਪਤਾ, ਪਰ ਹੱਲ ਕਰੋ, ਹੁਣ ਤੇ ਸਰਕਾਰ ਬਣ ਗਈ। ਮੈਂ ਜਦੋਂ ਪਾਣੀ ਪ੍ਰਦੂਸ਼ਣ ਦੇ ਮਸਲੇ ਤੇ ਮਾਲੀ ਸਾਹਿਬ ਗੱਲ ਹੁੰਦੀ ਹੈ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਟੈਕਸਟਾਈਲ ਪਾਰਕ ਬਣਾਉਣਾ, ਉਹਨੂੰ ਨਾਂ ਦੇ ਤਾ ਕਿ ਕੁੰਮ ਕਲਾਂ ਚ ਬਣਾਉਣਾ। ਇਹਨੂੰ ਲੈ ਕੇ ਵੀ ਕਾਫੀ ਚਰਚਾ ਹੈ ਕਿ ਉਹਨੂੰ ਮੱਤੇਵਾੜਾ ਜੰਗਲ ਕਿਹਾ ਜਾਂਦਾ, ਜਿਹਦੇ ਉੱਤੇ ਵਾਤਾਵਰਨ ਪ੍ਰੇਮੀ ਜਾਂ ਪੰਜਾਬ ਦੇ ਲੋਕ ਜਿਹੜੇ ਬਛਿੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਇਸ ਪਾਸੇ ਵੱਲ ਸਰਕਾਰ ਜਿਹੜਾ ਆ ਉਹ ਧਿਆਨ ਦੇਵੇ ਕਿ ਇੱਥੇ ਟੈਕਸਟਾਈਲ ਪਾਰਕ ਨਹੀਂ ਚਾਹੀਦਾ, ਇੱਥੇ ਸਾਂਭ ਸੰਭਾਲ ਕਰੋ ਤੁਸੀਂ, ਜੰਗਲੀ ਜੀਵਾਂ ਦੀ, ਰੁੱਖਾਂ ਦੀ, ਉਹ ਕੁਝ ਕਰੋ। ਪਰ ਇਹਨਾਂ ਨੇ ਹੁਣ ਕੁੰਮਕੜਾਂ ਦਾ ਨਾਂ ਦੇ ਕੇ ਉਹਨੂੰ ਟੈਕਸਟਾਈਲ ਪਾਰਕ ਬਣਾਉਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਸਾਹਿਬ ਆਪ ਪਿਛਲੀਆਂ ਉਹਨਾਂ ਦੀਆਂ ਵੀਡੀਓਜ਼ ਜਦੋਂ ਮੁੱਖ ਮੰਤਰੀ ਨਹੀਂ ਸੀ ਹੁੰਦੇ ਉਹ ਵੀ ਵਾਇਰਲ ਹੋ ਰਹੀਆਂ, ਜਦੋਂ ਵਿਰੋਧ ਕਰਦੇ ਸੀ ਕਿ ਮੱਤੇਵਾੜਾ ਜੰਗਲ ਨੂੰ ਨਹੀਂ ਤਬਾਹ ਕਰਨਾ ਚਾਹੀਦਾ। ਹੁਣ ਉਹ ਵਿਧਾਨ ਸਭਾ ਸਫਾਈ ਦੇ ਰਹੇ ਨੇ ਕਿ ਨਹੀਂ ਜੀ ਉੱਥੇ ਕੋਈ ਕੈਮੀਕਲ ਵਗੈਰਾ ਨਹੀਂ ਹੋਏਗਾ, ਉਹ ਕੈਮੀਕਲ ਤੋਂ ਮੁਕਤ ਹੋਏਗਾ ਜੀ, ਤੇ ਉਹਦੇ ਨਾਲ ਪਾਣੀ ਦੀ ਬਰਬਾਦੀ, ਪਾਣੀ ਖਰਾਬ ਨਹੀਂ ਹੋਏਗਾ ਜਿਹੜਾ ਸਤਲੁਜ ਦਾ ਆ, ਕੋਈ ਇਹੋ ਜਿਹਾ ਮਤਲਬ ਕਿ ਲੋਕਾਂ ਨੂੰ ਕੋਈ ਬਿਮਾਰੀ ਨਹੀਂ ਫੈਲੂਗੀ, ਜਿਵੇਂ ਲੋਕ ਕਹਿ ਰਹੇ ਨੇ ਕਿ ਕੈਂਸਰ ਫੈਲੂਗਾ, ਫਿਰ ਹਸਪਤਾਲ ਵੀ ਖੋਲ ਤੋਂ 2-4 ਨਾਲ। ਸਵਾਲ ਤਾਂ ਇੱਥੇ ਵੀ ਖੜਾ ਹੁੰਦਾ ਕਿ ਤੁਸੀਂ ਮੱਤੇਵਾੜਾ ਨੂੰ ਕੁੰਭਕਲਾਂ ਦਾ ਨਾਂ ਦੇ ਕੇ ਅੱਗੇ ਪ੍ਰੈਜੈਂਟ ਕਰ ਰਹੇ ਹੋ। ਦੇਖੋ ਜੀ, ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਨਾ, ਇਹ ਆਲੋਚਨਾ ਤਾਂ ਬਹੁਤ ਕਰਦੇ ਸੀ ਸਰਕਾਰ ਦੀ ਅੱਡ ਅੱਡ ਮਸਲਿਆਂ ਤੇ, ਪਰ ਉਹਦਾ ਹੱਲ ਇਹਨਾਂ ਕੋਲੇ ਹੈ ਨਹੀਂ ਸੀ, ਨਾ ਇਹਨਾਂ ਨੇ ਸਟੱਡੀ ਕੀਤੀ ਆ, ਨਾ ਉਧਰ ਧਿਆਨ ਦਿੱਤਾ, ਤੇ ਨਾ ਹੁਣ ਧਿਆਨ ਦੇ ਰਹੇ ਨੇ। ਇਹ ਪਹਿਲੀ ਸਰਕਾਰ ਆ ਜਿਹਦਾ ਪਤਾ ਨਹੀਂ ਇਹਦਾ ਸਲਾਹਕਾਰ ਕੌਣ ਨੇ, ਇਹਦਾ ਲੋਕ ਸੰਪਰਕ ਵਿਭਾਗ ਕੀ ਕਰਦਾ, ਕਿਹੜੇ ਪੰਜਾਬ ਦੇ ਬੁੱਧੀਜੀਵੀ ਜਾਂ ਹੋਰ ਨੇ ਜਿਹਨਾਂ ਨਾਲ ਇਹ ਮਿਲਦੇ ਗਿਲਦੇ ਨੇ, ਸਲਾਹਾਂ ਲੈਂਦੇ ਨੇ, ਚਾਹੇ ਉਹ ਖੇਤੀ ਦੀ ਗੱਲ ਹੋਵੇ ਉਹ ਕਿਸਾਨ ਯੂਨੀਅਨ ਵਾਲੇ ਕਹਿੰਦੇ ਸਾਨੂੰ ਨੀ ਪੁੱਛਦੇ, ਅਰਥਚਾਰੇ ਦੀ ਗੱਲ ਹੋਵੇ ਅਰਥਸ਼ਾਸਤਰੀ ਕਹਿੰਦੇ ਸਾਨੂੰ ਨੀ ਪੁੱਛਦੇ, ਵਿਦਿਆ ਮਹਿਕਮੇ ਦੀ ਗੱਲ ਹੋਵੇ ਵਿਦਿਆ ਦੇ ਸ਼ਾਸਤਰੀ ਸਿੱਖਿਆ ਸ਼ਾਸਤਰੀ ਕਹਿੰਦੇ ਸਾਨੂੰ ਨੀ ਕਿਸੇ ਨੂੰ ਪੁੱਛਦੇ, ਸਿਹਤ ਵਿਭਾਗ ਦੀ ਗੱਲ ਹੋਵੇ ਡਾਕਟਰ ਪਿਆਰਾ ਲਾਲ ਗਰਗ ਵਰਗੇ ਕਿੰਨੇ ਹੋਰ ਸੁਹਿਰਦ ਡਾਕਟਰ ਨੇ, ਸਾਰੇ ਕਹਿੰਦੇ ਸਾਡੇ ਨਾਲ ਤਾਂ ਕਦੇ ਇਹਨਾਂ ਨੇ ਗੱਲ ਨੀ ਕੀਤੀ, ਇਹਨਾਂ ਕੋਲੇ ਬਦਲ ਕੋਈ ਨੀ ਸੀ। ਇਸੇ ਕਰਕੇ ਹੁਣ ਭਗਵੰਤ ਮਾਨ ਦੀਆਂ ਜਿਹੜੀਆਂ ਵੀਡੀਓ ਨੇ ਨਾ ਜਦੋਂ ਕੱਟ ਕੇ ਪਾਈਆਂ ਜਾ ਰਹੀਆਂ ਨੇ, ਉਹ ਲੋਕਾਂ ਨੂੰ ਇਹ ਲੱਗਦਾ ਜਿਵੇਂ ਭਗਵੰਤ ਮਾਨ ਆਪਦੀ ਸਰਕਾਰ ਦੀ ਆਲੋਚਨਾ ਕਰ ਰਿਹਾ ਹੁੰਦਾ। ਮੈਂ ਉਹ ਵੀਡੀਓ ਸੁਣੀ ਆ ਮੱਤੇਵਾੜਾ ਜੰਗਲ ਵਾਲੀ, ਉਦੋਂ ਬਿਲਕੁਲ ਉਲਟ, ਟੈਕਸਟਾਈਲ ਇੰਡਸਟਰੀ ਕਿਉਂ ਨੀ ਕਰੋ ਜੀ ਪੋਲਿਊਸ਼ਨ, ਲੁਧਿਆਣੇ ਚ ਫਿਰ ਪੋਲਿਊਸ਼ਨ ਕਿਹੜਾ ਹੁੰਦਾ, ਜਿਹੜੀ ਉੱਥੇ ਪਲੇਟਿੰਗ ਦੀ ਇੰਡਸਟਰੀ ਆ ਉਹਦਾ ਪੋਲਿਊਸ਼ਨ ਹੁੰਦਾ। ਕਾਹਨ ਸਿੰਘ ਪੰਨੂ ਨੇ ਇੱਕ ਵਾਰ ਆ ਕੇ ਨੱਟ ਕਸੇ ਸੀ, ਤੁਸੀਂ ਦੇਖਿਆ ਹੋਣਾ ਨਾਲ ਦੀ ਨਾਲ ਉਹਦੀ ਉੱਥੋਂ ਬਦਲੀ ਕਰਤੀ। ਫਿਰ ਉਹ PTU ਦੇ ਐਕਟਿੰਗ ਵਾਈਸ ਚਾਂਸਲਰ ਰਾਏ, ਉਹਨਾਂ ਨੇ ਜਿਹੜਾ ਪੇਪਰਾਂ ਦਾ ਪੁਨਰ ਮੁਲਾਂਕਣ ਹੁੰਦਾ ਉਹਦੀ ਜਾਂਚ ਕੀਤੀ, ਵਾਈਸ ਚਾਂਸਲਰ ਤੱਕ ਫਸ ਗਏ, 0 ਤੋਂ 85 ਨੰਬਰ ਬਣਾਏ ਹੋਏ। ਸੋ ਜਿਹੜੀ ਅਫਸਰਸ਼ਾਹੀ ਆ ਨਾ ਜੀ, ਇਹ ਕਰਪਟ ਹੋ ਗਈ, ਉਹਨਾਂ ਦੇ ਨਾਲ ਮਿਲ ਗਈ। ਜੇ ਜਾਂ ਤਾਂ ਸਰਕਾਰ ਕੋਲੇ ਆਪਦਾ ਕਲੀਅਰ
खाका हो, रोड मैप हो, स्टडी हो, अफसर के कन कुतरन भी आए नहीं, आए करो अफसर क्यों नहीं करे। फिर अफसर जो उन्होंने पहला आप किया वो आप भी नंगे होणगे ना जी, पहला तो वो पे। सो इस करके हुण जिहड़ी मतलब कल्ले भगवंत मान साहब की सारी दुनिया ने विरोध किया मते वाला जंगल का, हुण तुसीं उहदा नाम बदल के जंगल तां उत्थों हिलणा नहीं ना जी। जे आ जिहड़ी जमीन दित्ती आ, जमीन तां नहीं बदलनी, उहदा नाम तुसीं सतौज रख दो, फिर की फर्क पै जू, थां तां उही आ। सो इस करके अमली खेत्र दे विच हाले तक इस सरकार कोले जो पुरानी लुट खोह हुई आ, ना नीति दा ना नीतिगत फैसलियां दा कोई अमल सामने नहीं आया। सुखविंदर जी माली साहब एक होर गल है, बारहवीं के नतीजे आए ने, उहदे च कहिंदे पंजाब दे स्कूल जिहड़े सरकारी स्कूल ने उहनां दी झंडी है, उहनां ने जिस तरीके दे नतीजे सामने आए ने, इहदे ते फिर गल फिर सरकार ते आ के घुम जांदी है कि तुसीं एक बार तां शाबाशी कह दो पंजाब दे स्कूलां दा कि तुसीं उही गल करनी है कि दिल्ली वाला मॉडल चंगा आ, दिल्ली सेहत सिक्ख्या सहूलतां वधिया ने, पंजाब दे विच तां फाड़ी होया पिया सारा कुछ। सुखविंदर जी जे सच्ची गल कहां ना, दिल्ली मॉडल इन्हां दे गले दी हड्डी बन गया। सारे मुल्क च सिक्ख्या दा माड़ा हाल आ, पर ओह माड़े हाल चों पंजाब पहले नंबर ते आया, ओहदी वधाई नहीं दित्ती, ते मुख मंत्री विधान सभा च कहिंदा वी ओह झूठा अंकड़ा। हुण फिर उस आल इंडिया दी संस्था जी ओह वार वार सर्वे करदी आ, होर राज ने तां किसे ने कहा नहीं वी ओह झूठा। इन्हां नूं की ज्ञान हो गया जिन्हां नूं कख नहीं पता, जिन्हां नूं इह भी नहीं हाले तक पता भी सिक्ख्या महकमा केंद्र कोल आ, केंद्र ने हुण किहड़ी जी नीति बनाती जिहदे जदों लागू हुई ठीक आ तुहाडे कोले कालज ने यूनीवर्सिटियां ने, उह नीति दे अनुसार सारा काम तुहानूं केंद्र दे अनुसार करना पऊ। सिक्ख्या मंत्री जी बड़क मारदे ने खर्चे की कोई समस्या नहीं, पंजाब यूनीवर्सिटी दिओ खर्चा असीं चलावांगे, चंडीगढ़ सानू दिओ चंडीगढ़ का खर्चा असीं चलांगे। चंडीगढ़ तो आमदन ज्यादा है खर्चे नालों, चंडीगढ़ ते पंजाब यूनीवर्सिटी पंजाब दे गलत फसाया उन्होंने जान के किला, पंजाब नूं दाबू ते काबू करन खातर उहदी खातर सियासी लड़ाई लड़नी पैणी आ, खर्चे की कोई समस्या नहीं। इसे तरह जिहड़ा आपां सिक्ख्या महकमे की गल करदे आ, सिक्ख्या महकमे च भी उही हाल आ, ਸਾਡੀ ਜਿਹੜੀ ਸਿੱਖਿਆ ਤੇ ਸਿਹਤ ਪ੍ਰਬੰਧ ਆ ਦਿੱਲੀ ਨਾਲੋਂ ਬਿਹਤਰ ਆ, ਇਹ ਕੋਈ ਰੌਲਾ ਨਹੀਂ। ਪਰ ਜੋ ਸਾਡੀਆਂ ਲੋੜਾਂ ਨੇ ਉਹਨਾਂ ਦੇ ਹਾਣ ਦਾ ਨਹੀਂ, ਦੁਰ ਪ੍ਰਬੰਧ ਦਾ ਸ਼ਿਕਾਰ ਆ, ਕਰਪਸ਼ਨ ਦਾ ਸ਼ਿਕਾਰ ਆ, ਤੁਸੀਂ ਉਸ ਪਾਸੇ ਤੁਰਨ ਦੀ ਥਾਂ ਮਤਲਬ ਤੁਸੀਂ ਇੱਕ ਨਵੇਂ ਤਜਰਬੇ ਕਰਨ ਲੱਗ ਗਏ, ਨਵੇਂ ਕਲੀਨਿਕ ਖੋਲਾਂਗੇ ਜੀ, 75 ਸਕੂਲ ਖੋਲਾਂਗੇ ਜੀ, ਜਿਹੜਾ ਤੁਹਾਡੇ ਹੱਥ 'ਚ ਆ ਉਹਨੂੰ ਤਾਂ ਪਹਿਲਾਂ ਸਵਾਰੋ। ਉਹ ਹੁੰਦਾ ਨਾ ਹੱਥ ਵਾਲੀਆਂ ਛੱਡੀ, ਹੱਥ ਵਾਲੀਆਂ ਫੜਨੀਆਂ ਨਾ ਉੱਡਦੀਆਂ ਦੇ ਪਿੱਛੇ ਪੈ ਜਾਣਾ, ਉਹ ਹਾਲ ਇਹ ਕਰ ਰਹੇ ਨੇ। ਇਹਦਾ ਅਸਰ ਬਾਹਰਲਿਆਂ ਤੇ ਵੀ ਬਹੁਤ ਪੈ ਰਿਹਾ, ਜਿਹੜੇ ਆਈਲੈਟਸ ਕਰ ਰਹੇ ਨੇ ਵਿਦਿਆਰਥੀ, ਪਹਿਲਾਂ ਸਕੂਲ ਬੋਰਡ ਤੋਂ ਜਿਹੜੇ ਪਾਸ ਕਰਦੇ ਸੀ ਉਹਨਾਂ ਪ੍ਰਤੀ ਇੱਕ ਨਾ ਪੱਖੀ ਰਵੱਈਆ ਹੁੰਦਾ ਸੀ, ਫਿਰ ਬੜੀ ਲੜਾਈ ਲੜੀ ਗਈ, ਆਸਟ੍ਰੇਲੀਆ ਵਰਗੀਆਂ ਸਰਕਾਰਾਂ ਨੂੰ ਬਰਾਬਰ ਨੰਬਰ ਦੇਣੇ ਪਏ, ਤੇ ਜਦੋਂ ਆਈਲੈਟਸ ਕਰਕੇ ਬੱਚੇ ਉੱਧਰ ਜਾਂਦੇ ਨੇ, ਜੇ ਪੰਜਾਬ ਦਾ ਨੰਬਰ ਇੱਕ ਤੇ ਨਾ ਹੋਊ ਤਾਂ ਉਹਦਾ ਉਹਨਾਂ ਨੂੰ ਇੱਕ ਨੈਤਿਕ ਤੌਰ ਤੇ ਫਾਇਦਾ ਮਿਲਦਾ ਵੀ ਇਹ ਉਸ ਸਿਸਟਮ 'ਚੋਂ ਬੱਚੇ ਪੜ੍ਹ ਕੇ ਆਏ ਨੇ, ਪੜ੍ਹ ਕੇ ਜਿਹੜੇ ਬਾਹਰ ਜਾਂਦੇ ਨੇ ਹੈਗੇ ਤਾਂ ਗਰੀਬਾਂ ਦੇ ਬੱਚੇ ਨੇ, ਆਮ ਦਰਮਿਆਨੇ ਕਿਸਾਨਾਂ ਦੇ ਬੱਚੇ ਨੇ, ਉਹਨਾਂ ਨੂੰ ਇੱਕ ਲਾਭ ਮਿਲਦਾ ਵੀ ਇਹ ਭਾਰਤ ਦੇ ਉਸ ਸਿਸਟਮ ਦੇ ਵਿੱਚੋਂ ਇਹ ਪੜ੍ਹ ਕੇ ਆਏ ਨੇ, ਨੰਬਰ ਲੈ ਕੇ ਆਏ ਨੇ, ਜਿਹਨੂੰ ਭਾਰਤ ਦਾ ਮੁਕਾਬਲਤਨ ਬਿਹਤਰ ਕਿਹਾ ਗਿਆ। ਇਹ ਉਹਨਾਂ ਦੇ ਪੈਰਾਂ 'ਚ ਵੀ ਕੰਡੇ ਵਿਛਾਏ ਜਾ ਰਹੇ ਨੇ, ਪੰਜਾਬ ਦੇ ਸਿਸਟਮ ਨੂੰ ਨਿੰਦ ਕੇ ਇਹਦੀ ਨਿਖੇਧੀ ਕਰਕੇ ਜਾਂ ਇਹਦੇ ਖੁਸ਼ੀ ਪ੍ਰਗਟ ਨਾ ਕਰਨ ਕਰਕੇ। ਸੋ ਇਸ ਕਰਕੇ ਇਹ ਦਿੱਲੀ ਮਾਡਲ ਦਾ ਖਹਿੜਾ ਛੱਡ ਕੇ ਜਦੋਂ ਤੱਕ ਇਹ ਇੱਧਰਲੇ ਪਾਸੇ ਨਹੀਂ ਆਉਂਦੇ ਨਾ ਵੀ ਪੰਜਾਬ ਕੀ ਆ, ਪੰਜਾਬ ਮਾਡਲ ਕੀ ਆ, ਉਦੋਂ ਤੱਕ ਇਹਨਾਂ ਦੀ ਗੁੱਲੀ ਦੜ ਨਹੀਂ ਪੈਣੀ। ਠੀਕ ਆ ਐਲਾਨਵੰਤ ਸਰਕਾਰ ਬਣੀ ਰਹੂ, ਚੁਟਕਲੇਬਾਜ਼ ਸਰਕਾਰ ਬਣੀ ਰਹੂ, ਇਹਨਾਂ ਦੀਆਂ ਗੱਲਾਂ ਇਹਨਾਂ ਦੇ ਖਿਲਾਫ਼ ਭੁਗਤੀ ਜਾਣਗੀਆਂ, ਕਿਉਂਕਿ ਇਹਨਾਂ ਕੋਲੇ ਕੋਈ ਬਦਲ ਹੈ ਨਹੀਂ ਸੀ, ਬੰਦੇ ਬਦਲੇ ਗਏ, ਨੀਤੀਆਂ ਵਿਚਾਰ ਕਾਰਜਸ਼ੈਲੀ ਨਹੀਂ ਬਦਲੀ ਗਈ। ਜਿਹੜੀ ਕਾਰਜਸ਼ੈਲੀ ਬਦਲੀ ਆ ਉਹ ਤਾਕਤਾਂ ਦਾ ਹੋਰ ਕੇਂਦਰੀਕਰਨ, ਅੱਧਾ ਮੰਤਰੀ ਮੰਡਲ ਹਾਲੇ ਤੱਕ ਖਾਲੀ ਆ, ਜ਼ਿਲ੍ਹਿਆਂ 'ਚ ਮੁੱਖ ਮੰਤਰੀ ਦਫ਼ਤਰ ਖੋਲਣ ਦੀਆਂ ਗੱਲਾਂ ਹੋ ਰਹੀਆਂ। ਸੋ ਇਹ ਜਿਹੜਾ ਸਾਰਾ ਸਿਸਟਮ ਹੋ ਰਿਹਾ ਇਹ ਕੋਈ ਸੁਧਾਰ ਵਾਲੇ ਚੰਗੇ ਪਾਸੇ ਜਾਣ ਵਾਲੀਆਂ ਗੱਲਾਂ ਨਹੀਂ, ਜਾਂ ਜੋ ਤਬਾਹੀ ਦੇ ਰਾਹ ਪਿਆ ਹੋਇਆ ਉਹਨੂੰ ਰੋਕ ਕੇ ਸਹੀ ਪਾਸੇ ਤੁਰਨ ਦੀ ਗੱਲ ਨਹੀਂ। ਇਹ ਭਚਲਾਵਿਆਂ ਨਾਲ ਸਿਸਟਮ ਸੈੱਟ ਨਹੀਂ ਹੋਣਾ, ਉਹ ਨਹੀਂ ਬਦਲਣਾ। ਇਹ ਬਹੁਤ ਅਫਸੋਸ ਦੀ ਗੱਲ ਆ ਕਿ ਹਾਸਲ ਹਾਲਤ 'ਚ ਸਾਡੇ ਅਧਿਆਪਕਾਂ ਨੂੰ ਹੋਰਾਂ ਨੂੰ ਵਧਾਈ ਦੇਣ ਦੀ ਥਾਂ ਉਤਸ਼ਾਹਿਤ ਕਰਨ ਦੀ ਥਾਂ ਉਹਨਾਂ ਦੀ ਨਿਖੇਧੀ ਕੀਤੀ ਜਾ ਰਹੀ ਆ। ਫਿਰ ਅਸੀਂ ਬਾਹਰਲੇ ਦੇਸ਼ਾਂ 'ਚ ਭੇਜਾਂਗੇ ਜੀ ਸਿਖਲਾਈ ਲੈਣ, ਪਹਿਲਾਂ ਕਿਹੜਾ ਭੇਜੇ ਨਹੀਂ ਜੀ, ਪਹਿਲਾਂ ਵੀ ਭੇਜੇ ਨੇ। ਫਿਰ ਅਸੀਂ ਸਾਰੀਆਂ ਫਰਦਾਂ ਦੀ
ਆਹਾ ਜੀ ਆਨਲਾਈਨ ਕਰਤੀਆਂ ਇਹ ਤਾਂ 2008 ਤੋਂ ਹੋ ਰਹੀਆਂ ਨੇ ਮਨਮੋਹਨ ਸਿੰਘ ਸਰਕਾਰ ਨੇ ਇਹ ਪ੍ਰੋਜੈਕਟ ਸੀ ਕਿਤੇ ਅੱਧੀਆਂ ਹੋ ਗਈਆਂ ਕਿਤੇ ਪੂਰੀਆਂ ਹੋ ਗਈਆਂ ਕਿਤੇ ਪੂਰੀਆਂ ਹੋਣ ਵਾਲੀਆਂ ਨੇ ਮਤਲਬ ਤੁਸੀਂ ਕੀਤੇ ਹੋਏ ਕੰਮਾਂ ਦਾ ਨਾਮਨਾਮੇ ਨਹੀਂ ਹੋਇਆ ਇਹ ਤਾਂ ਉਹ ਗੱਲ ਆ ਨਾ ਜਿਵੇਂ ਮੋਦੀ ਕਹਿੰਦਾ 70 ਸਾਲਾਂ ਚ ਕੁਛ ਨਹੀਂ ਹੋਇਆ ਇਹਦਾ ਫਿਰ ਟਿੱਚਰਾਂ ਬਣ ਗਈਆਂ ਵੀ 2014 ਚ ਡੈਮ ਲੱਗੇ ਨੇ ਰੇਲਾਂ ਪਟਣੀਆਂ ਨਹਿਰਾਂ ਨਿਕਲੀਆਂ ਨੇ ਲੋਕ ਟਿੱਚਰਾਂ ਕਰਨ ਲੱਗ ਗਏ ਸੋ ਇਹਨਾਂ ਨੂੰ ਵੀ ਮੁਖੌਲ ਕਰਨ ਲੱਗ ਜਾਣਗੇ ਵੀ 3 ਮਹੀਨੇ ਤੋਂ ਪਹਿਲਾਂ ਜੀ ਕੁਛ ਨਹੀਂ ਹੋਇਆ ਪੰਜਾਬ ਤਬਾਹ ਸੀ ਹੁਣ ਹੋਇਆ ਪਰ ਇਹਨਾਂ ਦਾ ਕੀਤਾ ਹੋਇਆ ਸਾਹਮਣੇ ਕੁਛ ਆ ਨਹੀਂ ਰਿਹਾ ਜਿਹਦੇ ਕਰਕੇ ਨਿਰਾਸ਼ਾ ਸੀ ਲੋਕਾਂ ਚ ਲੋਕਾਂ ਨੂੰ ਇਹ ਸੀ ਵੀ ਇਹ ਆਪਣੇ ਪੈਰਾਂ ਦੇ ਆਪ ਨਹੀਂ ਖੜੇ ਹੋ ਰਹੇ ਇਹਨੂੰ ਕੋਈ ਰਿਮੋਟ ਰਾਹੀਂ ਚਲਾ ਰਿਹਾ ਤੇ ਉਹ ਸੰਗਰੂਰ ਚੋਣ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਝਟਕਾ ਦੇ ਤਾ ਵੀ ਬੰਦਾ ਬਣ ਜਾਓ ਐ ਨਹੀਂ ਕੰਮ ਚੱਲਣਾ ਜੀ ਸੁਖਵਿੰਦਰ ਮਾਲੀ ਸਰ ਮੈਂ ਇਹਨੂੰ ਸਵਾਲ ਨੂੰ ਥੋੜਾ ਹੋਰ ਅੱਗੇ ਵਧਾਉਣਾ ਚਾਹਾਂਗਾ ਕਿਉਂਕਿ ਸਿੱਖਿਆ ਖੇਤਰ ਨਾਲ ਤੁਹਾਡਾ ਵਾਹ ਵਾਸਤਾ ਰਿਹਾ ਕੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦਾ ਕਦੇ ਇਹੋ ਜਿਹਾ ਸਿੱਖਿਆ ਮਾਡਲ ਬਣ ਜਾਊਗਾ ਜਿੱਥੇ ਅਫਸਰਸ਼ਾਹੀ ਜਿੱਥੇ MLA ਮੰਤਰੀ ਸਿਆਸੀ ਲੋਕਾਂ ਦੇ ਆਪਣੇ ਬੱਚੇ ਉੱਥੇ ਪੜ੍ਹਿਆ ਕਰਨਗੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਉਮੀਦ ਕਿਉਂਕਿ ਅਮਨ ਅਰੋੜਾ ਨੇ ਵੀ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਸਾਨੂੰ ਪਤਾ ਹੈ ਪੰਜਾਬ ਦੀ ਸਿੱਖਿਆ ਦਾ ਕੀ ਹਾਲ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਨਹੀਂ ਦੇਖੋ ਜੀ ਸਿੱਖਿਆ ਦਾ ਮਸਲਾ ਤਾਂ ਪਹਿਲਾਂ ਇਹ ਆ ਵੀ ਇਹ ਰਾਜਾਂ ਤੋਂ ਖੋਹਿਆ ਗਿਆ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਜਿਵੇਂ 3 ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜੀ ਆ ਵੀ ਇਹ ਰਾਜਾਂ ਦਾ ਅਧਿਕਾਰ ਆ ਅੱਡ ਅੱਡ ਤਰ੍ਹਾਂ ਦੀ ਖੇਤੀ ਆ ਉੱਥੇ ਇੱਕੋ ਕਾਨੂੰਨ ਲਾਗੂ ਨਹੀਂ ਹੋ ਸਕਦੇ ਉਸੇ ਤਰ੍ਹਾਂ ਸਿੱਖਿਆ ਐਮਰਜੈਂਸੀ ਚ 1976 ਚ ਇੰਦਰਾ ਗਾਂਧੀ ਨੇ ਖੋਹ ਲਈ ਸੀ ਰਾਜਾਂ ਤੋਂ ਫਿਰ ਇਹ ਕੇਂਦਰੀ ਨੀਤੀਆਂ ਬਣਨ ਲੱਗ ਗਈਆਂ ਪਹਿਲੀ ਗੱਲ ਤਾਂ ਇਹ ਹੈ ਵੀ ਕੇਂਦਰੀ ਨੀਤੀ ਦੇ ਵਿੱਚ ਜਿੰਨੇ ਕੁ ਇਹੋ ਜਿਹੇ ਪੱਖ ਨੇ ਜਿਹਨਾਂ ਚ ਅਸੀਂ ਆਪਦੀ ਪੰਜਾਬ ਅਨੁਸਾਰ ਗੱਲ ਕਰ ਸਕਦੇ ਹਾਂ ਕਿਉਂਕਿ ਜਿਹੜੀ ਸਿੱਖਿਆ ਨੀਤੀ ਆ ਉਹ ਉਸ ਧਰਤ ਨਾਲ ਜੁੜੀ ਹੋਊ ਉਸ ਧਰਤ ਦੀ ਵਿਰਾਸਤ ਨਾਲ ਜੁੜੀ ਹੋਊ ਇਤਿਹਾਸ ਨਾਲ ਜੁੜੀ ਹੋਊ ਕਦਰਾਂ ਕੀਮਤਾਂ ਨਾਲ ਜੁੜੀ ਹੋਊ ਉੱਥੋਂ ਦੇ ਆਲੇ ਦੁਆਲੇ ਦੇ ਨਾਲ ਜੁੜੀ ਹੋਊ ਇਸ ਕਰਕੇ ਰਾਜਾਂ ਦਾ ਮਹਿਕਮਾ ਚਾਹੀਦਾ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਆ ਹੁਣ ਆ ਸਿੱਖਿਆ ਨੀਤੀ ਐਡੀ ਖਤਰਨਾਕ ਆ ਇੱਕ ਸ਼ਬਦ ਨਹੀਂ ਆਮ ਆਦਮੀ ਪਾਰਟੀ ਬੋਲੀ ਇਹਦੇ ਖਿਲਾਫ ਸਿੱਖਿਆ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਨੇ ਇੱਕ ਤਾਂ ਪੱਖ ਇਹ ਆ ਵੀ ਤੁਹਾਨੂੰ ਜੋ ਹਾਸਲ ਹਾਲਤ ਚ ਰਾਜ ਕਰ ਸਕਦੇ ਨੇ ਉਹ ਕਰੋ ਦੂਜਾ ਪੱਖ ਇਹ ਹੈ ਸਿੱਖਿਆ ਨੂੰ ਰਾਜਾਂ ਦਾ ਮਹਿਕਮਾ ਬਣਾਉਣ ਲਈ ਤੁਹਾਨੂੰ ਸਿਆਸੀ ਲੜਾਈ ਲੜਨੀ ਪੈਣੀ ਹੈ ਤੀਜੀ ਗੱਲ ਸਿਲੇਬਸ ਤੈਅ ਕਰਨ ਚ ਲਿਖਣ ਚ ਜੋ ਅਸੀਂ ਵੱਧ ਤੋਂ ਵੱਧ ਪੰਜਾਬ ਦੇ ਅਨੁਸਾਰ ਕਰ ਸਕਦੇ ਹਾਂ ਉੱਧਰ ਧਿਆਨ ਦੇਣਾ ਚਾਹੀਦਾ ਉਹ ਜਲੂਸ ਨਿਕਲਿਆ ਜੋ ਇਤਿਹਾਸ ਦੀਆਂ ਕਿਤਾਬਾਂ ਨੇ ਉਹਦੇ ਬਾਰੇ ਸਾਡੇ ਇਤਿਹਾਸ ਬਾਰੇ ਕੀ ਪੜ੍ਹਾਇਆ ਜਾ ਰਿਹਾ ਤੇ ਮੁੜ ਕੇ ਕਿਤਾਬਾਂ ਰੱਦ ਕਰਨੀਆਂ ਪਈਆਂ ਤੇ ਉਹ ਪਹਿਲਾਂ ਦੀ ਚੱਲ ਰਹੀਆਂ ਨੇ ਨਵੀਆਂ ਤਾਂ ਉਹ ਆਈਆਂ ਨਹੀਂ ਸੀ ਸੋ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਪੱਖ ਤੋਂ ਜਦੋਂ ਅਸੀਂ ਲੜਾਈ ਲੜਾਂਗੇ ਦੂਜੀ ਗੱਲ ਇੱਕ ਡਾਇਰੈਕਸ਼ਨ ਜੀ ਦਿੱਤੀ ਸੀ ਵੀ ਅਸਲ ਦੇ ਵਿੱਚ ਇੱਕ ਸਕੂਲ ਚਾਹੀਦਾ ਜਾਂ ਜਿੰਨੇ ਸਰਕਾਰੀ ਨੌਕਰ ਨੇ ਸਰਕਾਰੀ ਪੈਨਸ਼ਨਾਂ ਲੈਂਦੇ ਨੇ ਤਨਖਾਹਾਂ ਲੈਂਦੇ ਨੇ ਉਹਨਾਂ ਨੂੰ ਆਪਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਾਉਣੇ ਚਾਹੀਦੇ ਨੇ ਜਦੋਂ DC ਦਾ ਬੱਚਾ ਜਾ ਕੇ ਦੱਸੂ ਨਾ ਵੀ ਪਾਪਾ ਅੱਜ ਸਾਡੇ ਸਕੂਲ ਚ ਪਾਣੀ ਨਹੀਂ ਆਇਆ ਅੱਜ ਸਾਡੇ ਸਕੂਲ ਚ ਆਹ ਨਹੀਂ ਹੋਇਆ ਅੱਜ ਸਾਡੇ ਸਕੂਲ ਚ ਮਿਡ ਡੇ ਮੀਲ ਆ ਜਿਹੜਾ ਉਹ ਇਹੋ ਜਿਹਾ ਬਣਿਆ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਕੂਲਾਂ ਦੀ ਕੀ ਹਾਲਤ ਆ MLA ਨੂੰ ਪਤਾ ਲੱਗੂਗਾ ਅਧਿਆਪਕਾਂ ਨੂੰ ਤਾਂ ਪਤੀ ਹੈ ਚੱਲ ਅਧਿਆਪਕ ਤਾਂ ਵੈਸੀ ਮਾਚਲੇ ਬਣ ਗਏ ਨਾ ਅਧਿਆਪਕ ਨੇ ਤਾਂ ਇੱਕ ਸੋਚ ਲਿਆ ਵੀ ਸਾਡੇ ਪੇ ਗ੍ਰੇਡ ਹੋਣੇ ਚਾਹੀਦੇ ਆ ਸਾਡੀਆਂ ਤਰੱਕੀਆਂ ਹੋਣੀਆਂ ਚਾਹੀਦੀਆਂ ਬਦਲੀਆਂ ਸਾਡੀਆਂ ਜਿੰਨੀਆਂ ਵੱਧ ਤੋਂ ਵੱਧ ਸਖਾਲੇ ਥਾਂ ਤੇ ਹੋ ਸਕਣ ਉੱਥੇ ਹੋਣੀਆਂ ਚਾਹੀਦੀ ਹੈ ਐਜੂਕੇਸ਼ਨ ਨੀਤੀ ਕੀ ਆ ਇਹ ਚ ਫਲਾ ਕੀ ਨੇ ਸਿਲੇਬਸ ਕਿਵੇਂ ਤੈਅ ਕੀਤਾ ਜਾ ਰਿਹਾ ਇਹਦੇ ਇਹ ਫੀਲਡ ਨੇ ਛੱਡਤਾ ਉਹਨਾਂ ਨੇ ਸੋਚਣ ਵਿਚਾਰਨ ਦਾ ਸੋ ਇਸ ਪੱਖੋਂ ਸਮੁੱਚੇ ਤੌਰ ਤੇ ਜਦੋਂ ਤੁਸੀਂ ਸੋਚੋਗੇ ਫਿਰ ਐਜੂਕੇਸ਼ਨ ਦੇ ਵਿੱਚ ਸੁਧਾਰ ਹੋਊ ਹੁਣ ਇਹਨਾਂ ਨੇ ਕੀਤਾ ਕੀ ਆ ਜੀ ਕੇਂਦਰ ਨੇ UGC ਦੇ ਗ੍ਰੇਡ ਦੇ ਉੱਤੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਵਧਾਤੀਆਂ ਅਧਿਆਪਕਾਂ ਦੀਆਂ ਤਨਖਾਹਾਂ ਵਧਾਤੀਆਂ ਇਹਨਾਂ ਨੂੰ ਸਹਾਇਤਾ ਦੇਣੀ ਬੰਦ ਕਰਤੀ ਉਹਨਾਂ ਨੇ ਫੀਸਾਂ ਮਹਿੰਗੀਆਂ ਕਰਤੀਆਂ ਸਵੈ ਸ਼ਾਸਿਤ ਕੋਰਸ ਉਹ ਕੋਰਸ ਚਲਾ ਲਓ ਜੀ ਜਿਹਦਾ ਖਰਚਾ ਤੁਸੀਂ ਆਪ ਕੱਢ ਸਕਦੇ ਹੋ PTA ਫੰਡ ਲਾ ਲਿਆ ਮੈਂ ਪਿਛਲੇ 2 ਸਾਲਾਂ ਚ ਆਇਆ ਸੀ ਰਜਿੰਦਰਾ ਕਾਲਜ ਬਠਿੰਡੇ ਚ 80 ਲੱਖ ਰੁਪਇਆ ਸਾਲਾਨਾ PTA ਫੰਡ ਇਕੱਠਾ ਹੁੰਦਾ ਜਿੰਨੇ ਠੇਕੇ ਤੇ ਜਾਂ ਦੂਜੇ ਅਧਿਆਪਕ ਨੇ ਉਹਨਾਂ ਦੀ ਤਨਖਾਹ ਵਿਦਿਆਰਥੀਆਂ ਤੋਂ ਇਕੱਠੀ ਕਰਕੇ ਲਈ ਜਾਂਦੀ ਹੈ ਸੋ ਇਸ ਕਰਕੇ ਜੋ ਸਰਕਾਰੀ ਪ੍ਰਬੰਧ ਆ ਉਹਨੂੰ ਸੁਧਾਰਨ ਦੀ ਗੱਲ ਆ ਜਿਹੜਾ ਪ੍ਰਾਈਵੇਟ ਪ੍ਰਬੰਧ ਆ ਉਹਨੂੰ ਵੀ ਸੁਧਾਰਨ ਦੀ ਗੱਲ ਆ ਜਿੱਥੇ ਦਸਤਖਤ ਕਰਾਏ ਜਾਂਦੇ ਨੇ 60,000 ਤੇ ਦਿੱਤਾ ਜਾਂਦਾ 30,000 ਲਿਆ ਜਾਂਦਾ ਦੇਖੋ ਤੁਸੀਂ ਪ੍ਰਾਈਵੇਟ ਕਰਨ ਦੀ ਨੀਤੀ ਦੀ ਤਾਂ ਖੁੱਲ ਦੇਤੀ ਉਹਦੀ ਰੈਗੂਲੇਟਰੀ ਕਮਿਸ਼ਨ ਕੋਈ ਨਹੀਂ ਬਣਾਇਆ ਹੁਣ ਸਰਕਾਰ ਨੇ ਕਿਹਾ ਸੀ ਨਾ ਫੀਸਾਂ ਨੇ ਵਧਾਓ ਐ ਨਾ ਕਰੋ ਸਾਰਿਆਂ ਨੇ ਵਧਾਤੀਆਂ ਕੀ ਕਰ ਲਿਆ ਸਰਕਾਰ ਨੇ ਕਾਨੂੰਨ ਬਣਿਆ ਹੋਇਆ ਕਹਿੰਦੇ ਅਸੀਂ ਵਧਾ ਸਕਦੇ ਹਾਂ ਫਿਰ ਤੁਸੀਂ ਆ ਪ੍ਰਾਈਵੇਟ ਕੋਲੋਂ ਨਾ ਜਿਹਨਾਂ ਨੂੰ ਖੁੱਲ ਦੇਤੀ ਰੈਗੂਲੇਟਰੀ ਅਥਾਰਟੀ ਬਣਾਈ ਨਹੀਂ
ਤਾਂ ਹੀ ਆਹ ਰਸਤੇ ਸਸਤੇ ਭਾਅ ਖਰੀਦੇ ਜਾਂਦੇ ਨੇ। ਫਿਰ ਕਹਿੰਦਾ 5% ਜੀ ਅਸੀਂ ਗਰੀਬਾਂ ਨੂੰ ਬਣਾ ਕੇ ਦੇਵਾਂਗੇ, ਨੋ ਪ੍ਰੋਫਿਟ ਨੋ ਲੋਸ ਤੇ। ਰਾਇਤਾਂ ਲੈ ਲਈਆਂ, ਐਕਸਟਰਨਲ ਡਿਵੈਲਪਮੈਂਟ, ਸੜਕਾਂ ਬਣਾਤੀਆਂ ਜੀ, ਬਣਾਏ ਨੀ। ਫਿਰ ਬਾਦਲ ਸਾਹਿਬ ਨੂੰ ਕਿਹਾ ਬੜਾ ਸੰਕਟ ਆ ਗਿਆ ਜੀ, 2.5% ਕਰਾ ਲੇ, 2.5% ਵੀ ਨੀ ਬਣਾਏ। ਸੋ ਇਸ ਕਰਕੇ ਤੁਸੀਂ ਪ੍ਰਾਈਵੇਟ ਤੇ ਜਦੋਂ ਕੋਈ ਰੈਗੂਲੇਸ਼ਨ ਹੀ ਨੀ, ਤੁਹਾਡੀ ਅਥਾਰਟੀ ਨੀ ਬਣੀ ਹੋਈ, ਜਾਂ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਦੇ ਪੱਖ ਚ ਨੇ, ਉਹ ਸਿੱਖਿਆ ਦੇ ਵਿੱਚ ਵੀ, ਉਹ ਮਕਾਨਾਂ ਦੇ ਵਿੱਚ ਵੀ, ਉਹ ਠੇਕੇ ਦੇ ਵਿੱਚ ਵੀ, ਸਾਰੇ ਥਾਂ ਤੇ ਉਹ ਸਿਸਟਮ ਆ ਜਿਹੜਾ ਉਹ ਚਾਲੂ ਹੋ ਰਿਹਾ। ਠੇਕੇਦਾਰੀ ਸਿਸਟਮ ਆ ਜਿਹੜਾ ਉਹ ਲੁੱਟ ਦਾ ਸਿਸਟਮ ਆ ਜੀ, ਬਹੁਤ ਸਿੱਧੀ ਗੱਲ ਜੀ। ਸ਼ੁਕਰੀਆ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਸੋ ਮੇਰੇ ਨਾਲ ਮੌਜੂਦ ਸਨ ਉਹ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ, ਜੋ ਕੁਝ ਸਰਕਾਰ ਕਰ ਰਹੀ ਹੈ ਤੇ ਜਿਹੜੇ ਸਰਕਾਰ ਦੀ ਆਲੋਚਨਾ ਦੇ ਸੰਬੰਧ ਵਿੱਚ ਸਵਾਲ ਖੜੇ ਹੁੰਦੇ ਨੇ, ਉਹਨਾਂ ਉੱਤੇ ਅਸੀਂ ਚਰਚਾ ਕੀਤੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।